ਹੋ ਗਈ ਹੈ ਉਸ ਨੂੰ ਦੂਰ ਕਰਕੇ ਪਿਆਰ ਤੇ ਮੁਹੱਬਤ ਦੇ ਸੰਬੰਧਾਂ ਨੂੰ ਮੁੜ ਕਾਇਮ ਕੀਤਾ ਜਾਵੇ ਅਤੇ ਸਚਾਈ ਦੇ ਸਹਾਰ ਨਾਲ ਧਾਰਮਿਕ ਜੰਗਾਂ ਦਾ ਅੰਤ ਕਰਕੇ ਸੁਲ੍ਹਾ ਦੀ ਬੁਨਿਆਦ ਪਾਵਾਂ ਅਤੇ ਉਹ ਧਾਰਮਿਕ ਸਚਾਈਆਂ ਜਿਹੜੀਆਂ ਸੰਸਾਰ ਦੇ ਅੱਖੋਂ ਓਲੇ ਹੋ ਗਈਆਂ ਹਨ ਉਹਨਾਂ ਨੂੰ ਮੁੜ ਸਾਂਹ ਜ਼ਾਹਿਰ ਕਰਾਂ ਇਹ ਹਜ਼ੂਰ ਫਰਮਾਉਂਦੇ ਹਨ ਇਹ ਸਭ ਕੁਝ ਮੇਰੀ ਤਾਕਤ ਨਾਲ ਨਹੀਂ ਸਗੋਂ ਉਸ ਰੱਬ ਦੀ ਤਾਕਤ ਨਾਲ ਤਾਕਤ ਤੇ ਕਿਰਪਾ ਨਾਲ ਹੋਵੇਗਾ ਜਿਹੜਾ ਆਸਮਾਨ ਤੇ ਜ਼ਮੀਨ ਦਾ ਰਬ ਹੈ ਲੈਕਚਰ ਸਿਆਲਕੋਟ ਮੇਰੇ ਸਜਣੋ ਇਸ ਮੌਕੇ ਤੇ ਇਸ ਗੱਲ ਦਾ ਇਜ਼ਹਾਰ ਕਰ ਦੇਣਾ ਵੀ ਜ਼ਰੂਰੀ ਸਮਝਦਾ ਹਾਂ ਕਿ ਅੱਜ ਦੇਸ਼ ਦੌਰ ਵਿੱਚ ਕੁਝ ਨਾ ਸਮਝ ਮੁਸਲਮਾਨਾ ਵੱਲੋਂ ਕੁਝ ਥਾਵਾਂ ਤੇ ਜਿਹਹਾਦ ਦੇ ਨਾਂ ਤੇ ਜੋ ਕਾਰਵਾਈਆਂ ਚੱਲ ਰਹੀਆਂ ਹਨ ਅਤੇ ਬੇਗੁਨਾਹ ਇਨਸਾਨੀਅਤ ਦਾ ਖੂਨ ਕੀਤਾ ਜਾ ਰਿਹਾ ਹੈ ਉਹ ਇਸਲਾਮੀ ਸਿੱਖਿਆ ਦੇ ਬਿਲਕੁਲ ਖਿਲਾਫ ਹੈ ਬਾਨੀਏ ਇਸਲਾਮ حضرت ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਨੇ ਕਦੇ ਇਸ ਪ੍ਰਕਾਰ ਦਾ ਜਿਹਹਾਦ ਨਾ ਕੀਤਾ ਅਤੇ ਨਾ ਕਦੇ ਕਿਸੇ ਨੂੰ ਇਸ ਦੀ ਜਾ ਕਰਨ ਦੀ ਇਜਾਜ਼ਤ ਦਿੱਤੀ ਆਪ ਜੀ ਤੇ ਮੱਕੇ ਵਾਲਿਆਂ ਨੇ ਜਿਵੇਂ ਕਿ ਮੈਂ ਪਹਿਲਾਂ ਦੱਸ ਚੁੱਕਿਆ ਹਾਂ ਕਿ ਆਪ ਜੀ ਤੇ ਮੱਕੇ ਵਾਲਿਆਂ ਨੇ ਬੇਹਦ ਜ਼ੁਲਮ ਕੀਤੇ ਅਤੇ ਆਪ ਜੀ 13 ਸਾਲ ਇਹ ਜ਼ੁਲਮ ਬਰਦਾਸ਼ਤ ਕਰਦੇ ਰਹੇ ਜਦ ਜ਼ੁਲਮਾਂ ਦੀ ਇੰਤਹਾ ਹੋ ਗਈ ਤਾਂ ਆਪ ਜੀ ਨੇ ਆਪਣਾ ਪਿਆਰਾ ਸ਼ਹਿਰ ਮੱਕਾ ਛੱਡ ਦਿੱਤਾ ਅਤੇ ਮਦੀਨਾ ਚਲੇ ਗਏ ਪਰ ਉਥੇ ਵੀ ਇਹ ਵੈਰੀ ਆਪ ਤੇ ਚੜ ਆਇਆ ਤਾਂ ਆਪ ਜੀ ਨੇ ਰੱਬ ਦੀ ਇਜਾਜ਼ਤ ਨਾਲ ਜ਼ੁਲਮ ਨੂੰ ਰੋਕਣ ਵਾਸਤੇ ਤਲਵਾਰ ਚੁੱਕੀ ਅਤੇ ਜੰਗ ਕੀਤੀ ਜੈਸ ਪ੍ਰਕਾਰ ਕੇ ਰਾਜਾ रामचंद्र जी ने रावण ਦੇ ਖਿਲਾਫ ਤਲਵਾਰ ਚੁੱਕੀ ਅਤੇ श्री कृष्ण जी ने कौरवਾਂ ਦੇ ਖਿਲਾਫ ਪੰਡਵਨ ਨੂੰ ਜੰਗ ਕਰਨ ਦੇ ਉਪਦੇਸ਼ ਦਿੱਤੇ ਅਤੇ ਇਸੇ ਪ੍ਰਕਾਰ श्री गुरु हरगोबिंद जी ਅਤੇ श्री गुरु गोबिंद सिंह जी ने ਜ਼ੁਲਮ ਨੂੰ ਰੋਕਣ ਵਾਸਤੇ ਤਲਵਾਰ ਚੁੱਕੀ ਇਸੇ ਪ੍ਰਕਾਰ حضرت ਮੁਹੰਮਦ ਮੁਸਤਫਾ ਸੱਲੱਲਾ ਸੱਲਮ ਨੇ ਉਸ ਵੇਲੇ ਜ਼ੁਲਮਾਂ ਨੂੰ ਰੋਕਣ ਵਾਸਤੇ ਤਲਵਾਰ ਚੁੱਕੀ ਅਤੇ ਹਜ਼ੂਰ ਨੇ فرمایا ਕਿਆ ਲੋਕੋ ਇਹ ਤਲਵਾਰ ਦਾ ਜਿਹਾਦ ਸਭ ਤੋਂ ਛੋਟਾ ਜਿਹਾਦ ਹੈ ਜਿਵੇਂ ਕਿ ਤੁਸੀਂ ਸਵੇਰੇ ਵੀ ਸੁਣ ਚੁੱਕੇ ਹੋ ਇਹ ਤਲਵਾਰ ਦਾ ਜਿਹਾਦ ਜੈ ਅੰਦਰ ਪੈਸਾਰੇ ਸਲਾਤੋ ਸਲਾਮ ਜ਼ਿੰਦਾਬਾ ਤਕਦੀਰ ਨਾ ਹੋਵੇ ਤਕਦੀਰ ਨਾ ਹੋਵੇ ਆਪ ਜੀ ਨੇ فرمایا ਕਿ ਤਲਵਾ ਲੋਕੋ ਤਲਵਾਹ ਤਲਵਾਰ ਦਾ ਜਿਹਹਾਦ ਤਾਂ ਸਭ ਤੋਂ ਛੋਟਾ ਜਿਹਹਾਦ ਹੈ ਵੱਡਾ ਜਿਹਹਾਦ ਆਏ ਹੈ ਕਿ ਅਸੀਂ ਆਪਣੇ ਹਉਮੈ ਹੰਕਾਰ ਤੇ تکਬਰ ਨੂੰ ਖਤਮ ਕਰਕੇ ਆਪਣਾ ਸੁਧਾਰ ਕਰੀਏ ਅਤੇ ਲੋਕਾਂ ਦੀ ਸੇਵਾ ਕਰੀਏ ਮੇਰੇ ਬਜ਼ੁਰਗੋ ਜਿਵੇਂ ਕਿ ਮੈਂ ਦੱਸ ਚੁੱਕਿਆ ਹਾਂ ਕਿ ਆਜ ਦੇ ਯੁੱਗ ਵਿੱਚ धर्म की खातर तलवार चुकन शर्ता बाकी नहीं रही इसलिए हजरत मुहम्मद मुस्तफा सल्लल्लाहु सविखबाणी फरमायादगा दौर तलवार जिहाद का अंत जा जिहाद का अंत हो जाएगा बानी जमात अहमदिया ने मुसलमान तलवार के जिहाद तो सख्ती मना फरमाया फरमाया कि हजरत मुहम्मद मुस्तफा सल्ला रोशनी बानी अहमदिया मुस्लिम जमात ने आज तो सौ साल पहला भविखबाणी दे रंग फरमाया सी कि मेरे इस हुक्म तो बाद जो भी मुसलमान किसी धार्मिक जिहाद के नाते जंग कर जाएगा वह मुखालफा को सख्त नुकसान उठावेगा तो जलील होगा सो हजरत इमाम मैदी सलात वसलाम के इस ऐलान तो बाद जब भी कोई मुस्लिम मुल्क जिहाद के नाते लड़ाई करने गया है उसन कदम भी कोई कामयाबी हासिल नहीं हुई ਅਤੇ ਇਹ ਗੱਲ ਵੀ ਬਾਨੀ ਸਿਲਸਿਲਾ ਅਹਿਮਦੀ ਇਹਦੀ ਸੱਚਾਈ ਦਾ ਜ਼ਬਰਦਸਤ ਸਬੂਤ ਹੈ ਸੋ ਅਸੀਂ ਆਪਣੇ ਮੁਸਲਮਾਨ ਭਰਾਵਾਂ ਨੂੰ Hazrat Muhammad Mustafa Sallallahu Alaihi Wasallam ਦੀ ਕੀਤੀ ਇਸ ਪਵਿੱਖ ਬਾਣੀ ਦੀ ਯਾਦ ਲਾਂਦੇ ਹਾਂ ਅਤੇ ਬੇਨਤੀ ਕਰਦੇ ਹਾਂ ਕਿ ਹਜ਼ਰਬਾਨੀ ਜਮਾਤ ਅਹਿਮਦੀ ਨੇ ਜਿਹਹਾਦ ਦੀ ਜੋ ਸਹੀ ਵਿਆਖਿਆ ਕੀਤੀ ਹੈ ਉਸ ਵੱਲ ਪਰਤਨ ਕਿਉਂਕਿ ਉਸੇ ਦੇ ਜ਼ਰੀਆ ਅੱਜ ਵਿਸ਼ਵਵਿਆਪੀ ਅਮਨ ਕਾਇਮ ਹੋ ਸਕਦਾ ਹੈ ਮੈਂ ਆਪ ਜੀ ਦੇ ਸਾਹਮਣੇ ਇਹ ਗੱਲ ਵੀ ਦੱਸਣਾ ਚਾਹੁੰਦਾ ਕਿ ਅੱਜ ਮੁਸਲਮਾਨ ਜਿਹਹਾਦ ਦੇ ਨਾਂ ਤੇ ਜੋ ਵੀ ਹਰਕਤਾਂ ਕਰ ਰਹੇ ਹਨ ਉਹ ਇਸਲਾਮ ਨੂੰ ਬਦਨਾਮ ਕਰਨ ਵਾਲੀਆਂ ਤੇ ਇਸਲਾਮ ਦੇ ਸਹੀ ਉਸੂਲਾਂ ਦੇ ਖਿਲਾਫ ਹਨ ਅੱਜ ਦੇ ਇਸ ਦੌਰ ਵਿੱਚ ਸੱਚਾ ਜਿਹਹਾਦ ਇਹੀ ਹੈ ਕਿ ਦੁਨੀਆ ਨੂੰ ਇਸਲਾਮ ਦੇ ਇਸ ਅਮਨ ਬਖਸ਼ ਤੇ ਸੁਨਾਰੀ ਸਿੱਖਿਆਵਾਂ ਮੰਨ ਲੈ ਆਜਾਵੇ ਅਤੇ ਸੰਸਾਰ ਚੋਂ جہਾਲਤ, ਅਨਪੜਤਾ, ਗਰੀਬੀ ਤੇ ਬੇਰੋਜ਼ਗਾਰੀ ਨੂੰ ਦੂਰ ਕਰਨ ਲਈ ਉਸ ਜਿਹਹਾਦ ਦਾ ਐਲਾਨ ਕਰੀਏ ਜਿਹਸ ਦੀ ਇਸਲਾਮ ਸਾਨੂੰ ਸਿੱਖਿਆ ਦਿੰਦਾ ਹੈ जेड़ा जिहाद हज़रत मुहम्मद मुस्तफ़ा सलम सारे सारा जीवन करते रहे बानी अहमदिया मुस्लिम जमात जिहाद की असलियत बयान करते फर हुए फरमाते हैं मैं सच सच कहना कि जो शख्स इस वेले तरम ली लड़ाई तरम लिये लड़ाई करता है या किसी लड़न वाले की मदद करता है या जाहिर या पोशीदा तौर पर अजि मशुरा दिता है या दिल्च अजि चाहत रखता है वह खुदा तो रसूल का ना है हकीकतुल महदी पनाचा चार फिर फरमाया मुसलमानों अपने धर्म की हमदर्दी इख्तियार करो पर सच्ची हमदर्दी की यह ठीक है कि अज देश तरक्की याफ्ता युग असी धर्म की खातर तलवार वर्त के लोगों मुसलमान करिए फरमाया रब को डरो रब को डरो इल्जाम इस्लाम ना लाओ कुरानी मजीद ने बिल्कुल सिक्ख्या नहीं दिती अ ना ही हजरत मुहम्मद सल्लल्लाहु अलैहि वसल्लम ने फरमान है त्रियाकुल कलूप पन्ना ठाई मेरे सजनों एक हकीकत है कि पहलिया जंगा जुल्मों सितम ते आतंकवाद तो बुरी तरह डरी हुई तो थकी हुई दुनिया हूँ अमन चैन तो सुकून चाहती है पर उसनों कितों अमन द कोई उसू कितों तो अमन की कोई किरण नज़र नहीं आती पर मैं तहानू तो बड़े माँ आशबरी दिता हाँ ਅੱਜ ਜੇ ਕੋਈ ਹਕੀਕੀ ਅਮਨ ਤੇ ਸ਼ਾਂਤੀ ਚਾਹੁੰਦਾ ਹੈ ਉਸ ਨੂੰ حضرت ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਦੇ ਦੱਸੇ ਹੋਏ ਨਾਸੂਲਾਂ ਤੇ ਅਮਲ ਕਰਨਾ ਪਵੇਗਾ ਅੱਜ ਸੰਸਾਰ ਵਿੱਚ ਕੋਈ ਯੂਨੋ ਦਾ ਨਿਜ਼ਾਮ ਕਾਮਯਾਬ ਨਹੀਂ ਹੋ ਸਕਦਾ ਸਿਵਾਏ ਉਸ ਯੂਨੋ ਦੇ ਨਿਜ਼ਾਮ ਦੇ ਜਿਹੜਾ ਅੱਜ ਤੋਂ 1400 ਸਾਲ ਪਹਿਲਾਂ حضرت ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਨੇ ਕਾਇਮ ਕੀਤਾ ਸੀ ਅਤੇ ਜਿਸ ਨੂੰ ਅੱਜ ਅਹਿਮਦੀਆ ਮੁਸਲਿਮ ਜਮਾਤ ਸਾਰੇ ਸੰਸਾਰ ਵਿੱਚ ਕਾਇਮ ਕਰਨਾ ਚਾਹੁੰਦੀ ਹੈ ਅਤੇ ਇਹੋ ਨਿਜ਼ਾਮ ਹੈ ਜਿਸ ਦੇ ਦਰਿਆ-ਜ਼ਰੀਆ ਦੁਨੀਆ ਵਿੱਚ حقیقی ਅਮਨ ਤੇ ਸ਼ਾਂਤੀ ਕਾਇਮ ਹੋ ਸਕਦੀ ਹੈ ਵਿਰੋਧੀ ਜਿੰਨੀ ਚਾਹੇ ਕੋਸ਼ਿਸ਼ ਕਰ ਲੈਣ ਉਹ ਜਮਾਤ ਨੂੰ ਇਸ ਕੰਮ ਤੋਂ ਰੋਕ ਨਹੀਂ ਸਕਦਾ ਇਹ ਖੁਦਾ ਦੇ ਮੂੰਹ ਦੀਆਂ ਗੱਲਾਂ ਤੇ اٹਲ ਤਕਦੀਰਾਂ ਹਨ ਜਿਨ੍ਹਾਂ ਨੂੰ ਦੁਨੀਆ ਦੀ ਕੋਈ ਤਾਕਤ ਬਦਲ ਨਹੀਂ ਸਕਦੀ ਚਾਮ ਜਮਾਤ ਅਹਿਮਦੀਆ ਦੇ ਚੌਥੇ ਇਮਾਮ ਜਮਾਤ ਨੂੰ ਮੁਖਾਤਬ ਕਰਦੇ ਫਰਮਾਉਂਦੇ ਹਨ ਐ ਤੌਹੀਦ ਪ੍ਰਸਤਾਰੋ ਤੁਸੀਂ ਹੋ ਜੋ ਯੂਐਨਓ ਦੀਆਂ ਇਮਾਰਤਾਂ ਬਣਾਉਣ ਵਾਲੇ ਹੋ ਨਵੀਆਂ ਅਕਵਾਮੇ ਮੁਤਹਦਦ ਦੀਆਂ عظیم الشਾਨ ਤੇ ਫਲਕ ਬੋਸ ਅਸਮਾਨ ਨੂੰ ਛੋਣ ਵਾਲੀਆਂ ਇਮਾਰਤਾਂ ਬਣਾਉਣ ਵਾਲੇ ਤਾਂ ਤੁਸੀਂ ਹੋ ਐ ਮਸੀਹ ਮੁਹੰਮਦੀ ਦੇ ਗੁਲਾਮੋ ਜਿਨ੍ਹਾਂ ਦੇ ਸਪੁਰਦੇ ਕੰਮ ਕੀਤਾ ਗਿਆ ਹੈ ਇਹ ਰੱਬ ਦੇ ਮੂੰਹ ਦੀਆਂ ਗੱਲਾਂ ਤੇ ਉਸ ਦੀ ਅਟਲ ਤਕਦੀਰ ਦੀਆਂ ਲਿਖਤਾਂ ਹਨ ਜਿਨ੍ਹਾਂ ਨੂੰ ਦੁਨੀਆ ਵਿੱਚ ਕੋਈ ਨਹੀਂ ਬਦਲ ਸਕਦਾ ਖੁਤਬਾ ਜੁਮਾ 25 ਜਨਵਰੀ 1991 ਜੇਕਰ ਦੁਨੀਆ ਇਹਨਾਂ ਸੂਲਤ ਨਾ ਚੱਲੀ ਅਤੇ ਆਪਣੀਆਂ ਕਰਤੂਤਾਂ ਤੋਂ ਬਾਜ਼ ਨਾ ਆਈ ਤਾਂ ਉਸਤੀ ਜੀ ਵੱਡੀ ਜੰਗ ਵਾਸਤੇ ਤਿਆਰ ਰਵੇ ਜਿਸ ਦੀ ਪੁਵਖਵਾਨੀ ਅੱਜ ਤੋਂ 100 ਸਾਲ ਪਹਿਲਾਂ ਬਾਨੀ ਜਮਾਤ ਅਹਿਮਦੀਆ ਨੇ ਕੀਤੀ ਸੀ ਅਤੇ ਜਿਸ ਦਾ ਵਰਣਨ ਕਰਦੇ ਹੋਏ ਜਮਾਤ ਅਹਿਮਦੀਆ ਦੇ ਤੀਜੇ ਇਮਾਮ حضرت ਮਿਰਜ਼ਾ ਨਾਸਰ ਅਹਿਮਦ ਸਾਹਿਬ ਜੀ ਫਰਮਾਉਂਦੇ ਹਨ ਫਰਮਾਉਂਦੇ ਹਨ حضرت ਬਾਨੀ ਜਮਾਤ ਅਹਿਮਦੀਆ ਨੇ ਇੱਕ ਤੀਜੀ ਜੰਗ ਦੀ ਵੀ ਖਬਰ ਦਿੱਤੀ ਹੈ ਜੋ ਪਹਿਲੀਆਂ ਦੋਵਾਂ ਜੰਗਾਂ ਤੋਂ ਜ਼ਿਆਦਾ ਤਬਾਹੀ ਕਰਨ ਵਾਲੀ ਹੋਵੇਗੀ ਦੋਵੇਂ ਵਿਰੋਧੀ ਧੜੇ ਅਚਾਨਕ ਇੱਕ ਦੂਜੇ ਨਾਲ ਇੰਜ ਟਕਰਾਉਣਗੇ ਕਿ ਹਰ ਮਨੁੱਖ ਹੈਰਾਨ ਰਹਿ ਜਾਏਗਾ ਆਸਮਾਨ ਤੋਂ ਮੌਤ ਤੇ ਤਬਾਹੀ ਦੀ ਬਾਰਿਸ਼ ਹੋਵੇਗੀ ਅਤੇ ਖੌਫਨਾਕ ਛੋਲੇ ਜ਼ਮੀਨ ਨੂੰ ਆਪਣੀ ਲਪੇਟ ਵਿੱਚ ਲੈ ਲੈਣਗੇ ਦੋਵੇਂ ਵਿਰੋਧੀ ਧੜੇ ਅਰਥਾਤ ਰੂਹ